असलामु अलैकुम पंजाब ट्रैक्टर इन्फो यूट्यूब चैनल खुश आमदीद। ए दोस्तों ने न्यू हॉलैंड 8070 रीकंडीशन हार्वेस्टर मंगवाई है। ये मॉडल कैड़ा और यदि कीमत किनी है? इस तो अलावा नगद या किस्तों में मंगाने का की तरीकाकार है? रीकंडीशन हार्वेस्टर रिपेयर किनी करवानी पैंती है और इन्हों मुनासिब कटर कड़ा इस्तेमाल किया जाता 8070? इस तो अलावा जी ये वास्ते सब तो अच्छा बेहतरीन इंजन कड़ा और यदि सेफ्टी वास्ते ट्यूशन कड़ी करा रहे हैं? सारी गलबात ड्राइवर ना कर दें। अस्सलाम वालेकुम जी। जी वालेकुम सलाम जी। ना की जनाब अपना? जी इमरान। 8070 है जी। ठीक है। स्पैरी है। ठीक है। तो ये फाइनल ड्राफ्ट ही होती है ने? जी फाइनल ड्राफ्ट है। ठीक है। केड़ा मॉडल जी? जी मशीन 86 मॉडल है भाई। आज दफा ले आंदी है। रीकंडीशन मंगवाई 12 जी। ठीक है जी। ते किन्ने दी मंगवाई जी? ए 75 लाख दी मंगवाई है जी। बाहर मंगवाउण दा की तरीकाकार हुंदा जी? बाहर मंगवाउण दा तरीकाकार ए है जी, उत्थे जा के शोरूम ते गल करी दी है जी। हां जी। ओ ते बाहर मशीन बंदे ने गल करवा के मशीन नु बहा दिंदे नेट ते जी। ठीक है। ओ इंजन बहा दिंदे ने, मशीन बहा दिंदे ने जी। ठीक है। ते मशीन मतलब आ जांदी बाहर इत्थे लवा दी 1 घंटे दा तो जी। ठीक है। तुसीं नगद लेआंदे कि जां किस्तां लेआंदी है? असां जी नगद लेआंदी है। ठीक है। अगर किस्तां ते मशीन मंगाउणी होवे ते ओहदा की तरीकाकार है? ਕਿੰਨੇ ਦਾ ਤਰੀਕਾ ਕਰ ਰਹੀ ਹੈ ਜੀ? ਕਿਸ਼ਤਾਂ ਤੇ ਮਤਲਬ 20 ਲੱਖ ਰੁਪਏ ਜਾਂ 25 ਲੱਖ ਰੁਪਏ ਜਿੰਨੀ ਕਿਸ਼ਤ ਕਰਨੀ ਉਨੀ ਕੀਮਤ ਵਧ ਜਾਣੀ ਮਸ਼ੀਨ ਦੀ। ਠੀਕ ਆ। ਤੇ ਕਿੰਨੇ ਸੀਜ਼ਨਾਂ 'ਚ ਕਿਸ਼ਤ ਮੁਕੰਮਲ ਕਰਨੀ ਪੈਂਦੀ? ਟੋਟਲ ਜਾਨੀ ਕੀਮਤ ਅਦਾ ਕਰਨੀ ਪੈਂਦੀ? ਮਤਲਬ ਭਾਜੀ ਜੀ 80 ਲੱਖ ਰੁਪਿਆ ਹੈ ਤੇ ਉਹ ਜ਼ਾਰੀ ਗੱਲ ਹੈ, 5-6 ਸੀਜ਼ਨ ਲੱਗ ਜਾਂਦੇ ਨੇ ਕਿਸ਼ਤਾਂ ਲਾਉਂਦੇ ਆ। ਠੀਕ ਆ। ਸਹੀ ਆ। ਤੇ ਜੇ ਮਤਲਬ 40-45 ਲੱਖ ਦੀ ਹੈ ਤੇ ਕੋਈ 2-3 ਸੀਜ਼ਨ ਦੇ ਸੀਜ਼ਨ ਚੰਗੇ ਲੱਗ ਜਾਂਦੇ ਲਾ ਦਿੰਦੇ। ਠੀਕ। ਕਾਗਜ਼ ਸਾਰੇ ਕੋਲ ਰੱਖਦੇ ਨੇ? ਹਾਂਜੀ। ਜਿਹੜੇ ਤੁਸੀਂ ਨਹੀਂ ਪੈਸੇ ਦਿਓਗੇ ਉਹਨਾਂ ਤੋਂ ਗੱਡੀ ਫੜ ਕੇ ਲੈ। ਠੀਕ। ਇਹ ਜੀ ਤੁਸੀਂ ਮੰਗਾਈ ਹੈ, ਕਿੰਨਾ ਚੱਲੀ ਹੈ ਬਾਹਰ? ਇਹ ਭਾਜੀ ਉਹਨਾਂ ਨੂੰ ਪਤਾ ਜੀ, ਸਾਨੂੰ ਇਸ ਚੀਜ਼ ਦਾ ਨਹੀਂ ਇਲਮ ਹੈ। ਠੀਕ। ਕਿਉਂਕਿ ਉਹ ਚਲਾਉਂਦੇ ਨੇ ਕਣਕ ਹੀ ਵੜਦੇ ਨੇ, ਬਸ ਮੂੰਜੀ ਨਹੀਂ ਉਧਰ ਵੜਦੇ ਆ। ਠੀਕ। ਜਿਹੜਾ ਇੰਜਨ ਹੁੰਦਾ ਮਸ਼ੀਨ ਦਾ ਉਹ ਕਿਹੜਾ ਬਿਹਤਰੀਨ ਹੈ? ਫੋਰਡ ਚੰਗਾ, ਮਰਸਡੀ ਚੰਗਾ ਜਾਂ ਫੀਅਟ? ਮਰਸਡੀ ਵੀ ਚੰਗਾ, ਫੀਅਟ ਵੀ ਚੰਗਾ। ਠੀਕ। ਫੋਰਡ ਨੇ ਇਸ ਕਾਮਯਾਬ? ਫੋਰਡ ਇਹਨਾਂ ਤੋਂ ਹਲਕਾ ਨਾ ਲੋ। ਠੀਕ। ਯਾਨੀ ਤੀਸਰੇ ਨੰਬਰ ਤੇ। ਠੀਕ। ਜਦੋਂ ਮਸ਼ੀਨ ਬਾਹਰੋਂ ਆਉਂਦੀ ਹੈ ਤਾਂ ਡੀਲਰ ਤੁਹਾਨੂੰ ਫਿੱਟ ਕਰਕੇ ਦਿੰਦਾ ਕਿ ਤੁਸੀਂ ਆਪ ਕਰਾਉਂਦੇ ਜੇ? ਜੀ ਭਾਈ ਜੀ ਅਸੀਂ ਆਪ ਫਿੱਟ ਕਰੀਦੀ ਹੈ, ਕੁਝ ਬਾਹਰੋਂ ਡੀਲਰ ਫਿੱਟ ਕਰਾ ਕੇ ਦਿੰਦੇ ਨੇ, ਲੇਕਿਨ ਉਹ ਆਰਜ਼ੀ ਤੌਰ ਤੇ ਕਰਾ ਕੇ ਦਿੰਦੇ ਨੇ, ਬਾਕੀ ਸਾਰਾ ਕੰਮ ਆਪ ਕਰਨਾ ਪੈਂਦਾ ਜੀ। ਅੱਛਾ ਜੀ। ਤੇ ਇਹਦਾ ਤੁਸੀਂ ਕੀ ਕੀ ਕੰਮ ਕਰਾ ਰਹੇ ਜੇ? ਅਸੀਂ ਭਾਈ ਜੀ ਇਹਦੇ ਅੱਗੋਂ ਫਿੱਟਰ ਹਾਊਸ ਦੇ ਮੂਨ ਨਵਾ ਰਹੇ ਆ, ਪਰਾਲੀ ਨਾਲ ਪਿੱਛੇ ਬੈਰਿੰਗਾਂ ਨੂੰ ਆਏ। ਠੀਕ ਆ। ਠੀਕ ਹੈ ਜੀ। ਹੋਰ ਇਹਦੇ ਚੰਨ ਲਵਾ ਰਹੇ ਆ। ਚੰਨ ਯਾਨੀ ਕਿਹਨੂੰ ਕਹਿ ਰਹੇ ਤੁਸੀਂ? ਚੰਨ ਅਸੀਂ ਉਹਨਾਂ ਨੂੰ ਕਹਿ ਰਹੇ ਆ ਜਿਹੜੇ ਪਰਾਲੀ ਟੱਕਦੇ ਨੇ, ਅੱਗੋਂ ਬੈਰਿੰਗਾਂ ਨੂੰ ਪਰਾਲੀ ਨਹੀਂ ਜਾਣ ਦਿੰਦੇ। ਠੀਕ ਆ। ਤੇ ਕਟਰ ਵਗੈਰਾ ਜਿਹੜਾ ਉਹਦਾ ਵੀ ਕੰਮ ਕਰਾ ਰਹੇ ਜੇ? ਜੀ ਭਾਜੀ ਆਪਣਾ ਉਸਤਾਦ ਨਦੀਮ ਸਾਹਿਬ ਨੇ, ਇਹ ਸਾਡੇ ਨਾਲ ਨੇ, ਸਾਥੀ ਨੇ ਸਾਡੇ, ਇਹ ਕੰਮ ਕਰਕੇ ਦੇ ਰਹੇ ਨੇ, ਮਸ਼ੀਨ ਤਿਆਰ ਕਰਕੇ ਦੇ ਰਹੇ ਨੇ ਸਾਨੂੰ। ਸਹੀ ਹੈ। ਹੈ ਜੀ ਚੰਨ ਕਹਿ ਰਹੇ ਲਵਾਏ ਨੇ ਤਾਂ ਕਿ ਬੈਰਿੰਗਾਂ ਨੂੰ ਪਰਾਲੀ ਵਗੈਰਾ ਨਾ ਜਾਵੇ, ਜਿਹੜਾ ਕੱਖ ਵਗੈਰਾ ਅੱਗੇ ਜਾ ਕੇ ਅਤੇ ਬੈਰਿੰਗਾਂ ਦੇ ਵਿੱਚ ਨੁਕਸਾਨ ਨਾ ਦੇਣ, ਰੀਕੰਡੀਸ਼ਨ ਮਸ਼ੀਨ ਲਗਾ ਰਹੇ ਨੇ ਜੀ। ਜਦੋਂ ਬਾਹਰੋਂ ਮਸ਼ੀਨ ਮੰਗਾਉਂਦੇ ਆ ਤਾਂ ਕਿਹੜੀ ਕਿਹੜੀ ਆਲਟੇਸ਼ਨ ਕਰਨੀ ਪੈਂਦੀ ਇਹਦੇ ਵਿੱਚ? ਇਹਦੀ ਆਲਟੇਸ਼ਨ ਇਹਦੀ ਆਪਣਾ ਪ੍ਰਾਈਸ ਕਿੱਟ ਵੀ ਬਦਲਣੀ ਪੈਂਦੀ, ਨਵੀਂ ਪਾਣੀ ਪੈਂਦੀ ਹੈ, ਮੁੰਜੀਆਂ 'ਚ ਹੀ ਚੱਲਦੀ ਹੈ। ਠੀਕ। ਉਸ ਤੋਂ ਇਲਾਵਾ ਇਹਦਾ ਕਟਰ ਅਗਰ ਮੰਗਵਾਈਦਾ ਮੋਟਾ। ਠੀਕ ਹੈ। ਪੁਰਾਣੇ ਮਾਡਲ ਦਾ ਹੋਵੇ ਅਤੇ ਫਿਰ ਨਵੇਂ ਮਾਡਲ ਦਾ, ਯਾਨੀ ਕਿ ਅਤੇ ਕੋਈ ਚੇਸੀਆਂ ਵਗੈਰਾ ਉਹਨੂੰ ਵੀ ਸਪੋਰਟ ਦੇਣੀ ਪੈਂਦੀ ਜਾਂ ਕੀ ਕਰ ਰਹੇ? ਹਾਂਜੀ ਚੇਸੀਆਂ ਡਬਲ ਕਰਨੀਆਂ ਪੈਂਦੀਆਂ, ਮੋਢੇ ਵੀ ਡਬਲ ਕਰਨੇ ਪੈਂਦੇ ਨੇ। ਸਹੀ। ਕੈਬਨ ਥੱਲੇ ਸਪੋਰਟਾਂ ਲਾਉਣੀਆਂ ਪੈਂਦੀਆਂ। ਠੀਕ ਹੈ। ਇਹ ਭਾਜੀ ਇਹ ਵੀ ਕਾਰਡ ਹੀ ਨੇ। ਠੀਕ ਹੈ। ਇਹ ਟੀਲੇ ਟੁੱਲੇ ਅੱਗੇ ਨੂੰ ਫਸ ਗਏ ਦੇ। ਠੀਕ ਹੈ। ਤਾਂ ਕਰਕੇ ਜਨਮ ਨੇ ਬਾਹਰੋਂ ਹੀ ਆਇਆ ਜਿਹੜਾ ਹੁੰਦਾ ਵਿੱਚ ਆ ਜਾਂਦਾ ਸਿੱਧਾ। ਪਰ ਕਿਹੜਾ ਪਾ ਰਹੇ ਹੋ ਤੁਸੀਂ? ਭਾਜੀ ਇਹਨੂੰ ਆ ਜਨਮਨ ਤੇ 15 ਫੁੱਟ ਆਇਆ ਲੰਮੀ ਝੋਲੀ ਜੀ ਨੂੰ। ਠੀਕ ਹੈ। ਤੇ ਮੁੰਜੀ ਵਾਸਤੇ ਕਟਰ ਕਿੰਨਾ ਹੋਣਾ ਚਾਹੀਦਾ 8070 ਨੂੰ? ਤਾਂ ਸਹੀ ਜੇ ਜਿਹੜਾ ਸੂਲ ਆ ਨਾ ਉਹ ਤੇ 13 ਫੁੱਟ ਕਟਰ ਹੋਣਾ ਚਾਹੀਦਾ, ਤੇ ਕਣਕਾ ਵਾਸਤੇ 15 ਵੀ ਚੱਲ ਜਾਂਦਾ, 17 ਵੀ ਚੱਲ ਜਾਂਦਾ। ਠੀਕ ਹੈ। ਉਹਨਾਂ ਦੇ ਮਾਲਕਾਂ ਨੂੰ ਪਸੰਦ ਹੁੰਦੀ ਹੈ ਨਾ ਕਿਹੜਾ ਚਲਾਉਣਾ। ਸਹੀ। ਜਨਮ ਨਹੀਂ ਆਇਆ ਤੱਕ ਮਸ਼ੀਨ ਦਾ। ਟਰਾਲਾ ਵੀ ਕਹਿ ਰਹੇ ਨਾਲ ਹੀ ਆਇਆ ਜੀ। ਸਾਰੀ ਬੱਚੀ ਹੈ ਤਾਂ ਉਹ ਬੈਰਿੰਗ ਜੀ ਹੈ ਜੀ ਆਪਣੀ ਬੜੀ ਆਪਣਾ